ਔਰਤਾਂ ਨੂੰ ਕਾਰ ਅਤੇ ਮੋਟਰਸਾਈਕਲ ਦੇ ਉੱਤੇ ਲਿਫਟ ਦੇਣ ਵਾਲੇ ਮਰਦ ਹੁਣ ਸਾਵਧਾਨ ਹੋ ਜਾਣ। ਜੀ ਹਾਂ, ਔਰਤ ਜਦੋਂ ਲਿਫਟ ਮੰਗਦੀ ਹੈ ਤਾਂ ਕੀ ਹੁੰਦਾ ਹੈ, ਅਸੀਂ ਤੁਹਾਨੂੰ ਦੱਸਦੇ ਹਾਂ। ਦਰਅਸਲ ਥਾਣਾ ਸਿਟੀ ਤਰਨ ਤਾਰਨ SHO ਦੇ ਕੋਲ ਇੱਕ ਨੌਜਵਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਦੋਂ ਉਹ ਰਸਤੇ ਦੇ ਵਿੱਚ ਜਾ ਰਿਹਾ ਸੀ ਤਾਂ ਇੱਕ ਔਰਤ ਨੇ ਉਸ ਤੋਂ ਲਿਫਟ ਮੰਗੀ ਅਤੇ ਉਸ ਨੂੰ ਘਰ ਤੱਕ ਛੱਡਣ ਦੀ ਗੱਲ ਆਖੀ। ਜਦੋਂ ਉਕਤ ਨੌਜਵਾਨ ਨੇ ਉਸ ਨੂੰ ਘਰ ਛੱਡਿਆ ਤਾਂ ਉਕਤ ਔਰਤ ਨਾਮ ਰਾਜ ਕੌਰ ਨੇ ਪਾਣੀ ਪੀਣ ਦੇ ਬਹਾਨੇ ਉਸ ਨੂੰ ਅੰਦਰ ਬੁਲਾ ਲਿਆ। ਜਦੋਂ ਨੌਜਵਾਨ ਅੰਦਰ ਆਇਆ ਤਾਂ ਉਸ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਉਸ ਘਰ ਦੇ ਵਿੱਚ ਤਿੰਨ ਔਰਤਾਂ ਅਤੇ ਇੱਕ ਮਰਦ ਹਾਜ਼ਰ ਸੀ, ਜਿਨ੍ਹਾਂ ਦੇ ਵੱਲੋਂ ਉਸ ਨੂੰ ਕਿਡਨੈਪ ਕਰ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲੈਣ ਦੇ ਉੱਤੇ ਉਸ ਦੇ ਕੋਲੋਂ ਪੈਸੇ ਨਿਕਲੇ। ਬਾਅਦ ਦੇ ਵਿੱਚ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਦੀ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਡਰ ਦੇ ਮਾਰੇ ਨੌਜਵਾਨ ਨੇ ਪੈਸੇ ਦੇ ਦਿੱਤੇ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਨੂੰ ਤਾਂ ਕਾਬੂ ਕਰ ਲਿਆ ਅਤੇ ਬਾਕੀ ਤਿੰਨ ਕੁੜੀਆਂ ਫਰਾਰ ਦੱਸੀਆਂ ਜਾ ਰਹੀਆਂ ਨੇ। ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਜਲਦੀ ਕਾਬੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਨਿਸ਼ਾਨ ਸਿੰਘ ਪੁੱਤਰ ਗੁਰਦਿੱਤ ਸਿੰਘ ਵੱਲੋਂ ਦਰਖਾਸਤ ਆਈ ਸੀ ਕਿ ਉਹਨੂੰ ਕੁਛ ਜਿਹੜੀਆਂ ਲੇਡੀਜ਼ ਨੇ ਬਲੈਕਮੇਲ ਕੀਤਾ, ਉਹਦੇ ਕੋਲੋਂ ਫਰੌਤੀ ਲਈ ਹੈ ਅਤੇ ਹੋਰ ਫਰੌਤੀ ਜਿਹੜੀ ਉਹ ਪੈਸੇ 20,000 ਰੁਪਏ ਦੀ ਮੰਗ ਕਰ ਰਹੇ। ਮੌਕੇ 'ਤੇ ਉਹਦੇ ਕੋਲ 50,000 ਦੀ ਡਿਮਾਂਡ ਕਰ ਰਹੇ ਸੀਗੇ, ਪਰ ਉਹ ਕੁਛ ਪੈਸੇ ਦੇ ਕੇ ਉੱਥੋਂ ਨਿਕਲਿਆ ਸੀ। ਇਹਨਾਂ ਦੇ ਜੰਗਲ ਦੇ ਵਿੱਚੋਂ ਉਹਨਾਂ ਨੇ ਬਲੈਕਮੇਲਿੰਗ ਦਾ ਲਾਇਆ ਸੀ ਵੀ ਜੇ ਤੂੰ ਇੰਨੀ ਫਰੌਤੀ ਨਹੀਂ ਦਿੰਦਾ ਤਾਂ ਅਸੀਂ ਤੇਰੇ 'ਤੇ ਕਰਾਂਗੇ, ਸਾਡੇ ਨਾਲ ਜ਼ਬਰਦਸਤੀ ਕਰਨ ਲੱਗ ਗਿਆ, ਬਲੈਕਮੇਲਿੰਗ ਇੱਦਾਂ ਦੀ ਜਿਹੜੀ ਨਿਸ਼ਵਸਤਰ ਵੀ ਉਹਨੂੰ ਕੀਤਾ ਗਿਆ। ਉਹਨੇ ਆ ਕੇ ਦਰਖਾਸਤ ਦਿੱਤੀ, ਉਹਦੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਐਸ ਏ ਵਿਪਨ ਕੁਮਾਰ ਨੇ ਜਦੋਂ ਦੁਬਾਰਾ ਇਹਨੂੰ ਇਹਨਾਂ ਦਾ ਰਾਬਤਾ ਹੋਇਆ ਕਿ ਬਾਕੀ ਪੈਸੇ ਲੈ ਕੇ ਆ, ਮੌਕੇ 'ਤੇ ਰੇਡ ਕੀਤੀ। ਜਿਹੜੇ ਮੌਕੇ 'ਤੇ ਜਿਹੜੀ ਉਹ ਦਿੱਤੀ ਰਕਮ ਸੀ ਉਹਦੇ ਦੁਆਰਾ ਉਹ ਰਾਜ ਕੌਰ ਪਤਨੀ ਕਰਮ ਸਿੰਘ ਅਤੇ ਉਹਨਾਂ ਦਾ ਜਿਹੜਾ ਉਹਦਾ ਬੇਟਾ ਜ਼ੋਰਾਵਰ ਸਿੰਘ, ਇਹ ਮੌਕੇ 'ਤੇ ਫੜੇ ਗਏ ਆ। ਮੁਕੱਦਮਾ ਜਿਹੜਾ ਦਰਜ ਆ ਉਹ ਤਿੰਨ ਲੇਡੀਜ਼ 'ਤੇ ਹੋਰ ਹੋਇਆ, ਰਾਜਵੀਰ ਕੌਰ, ਰੂਬੀ ਅਤੇ ਸਿਮਨ ਕੌਰ। ਜਿਹੜਾ ਇਹਨਾਂ ਦਾ ਇਹ ਬਲੈਕਮੇਲਿੰਗ ਦਾ ਕੰਮ ਸੀ, ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਪਹਿਲਾਂ ਵੀ ਕਰਦੇ ਆ, ਕਿਉਂਕਿ ਹੈਪਚੁਲ ਆ ਇਹ ਜਿਹੜਾ ਮੁੰਡਾ ਫੜਿਆ ਇਹਦਾ, ਇਹ ਅਤੇ ਇਹ ਸਾਡੇ ਮੁਕੱਦਮੇ ਦਾ ND ਦੇ ਮੁਕੱਦਮੇ ਦਾ PO ਆ ਅਤੇ ਹੋਰ ਵੀ ਤਿੰਨ ਥਾਣਿਆਂ ਦੇ ਵਿੱਚ ਇਹਦੇ ਇੱਥੇ ਮੁਕੱਦਮੇ ਦਰਜ। ਜਿਹੜੇ ਫਰਾਰ ਆ ਉਹਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦੋਂ ਵੀ ਉਹ ਸ਼ਹਿਰ ਦੇ ਵਿੱਚ ਵੀ ਇਨਫੋਰਮੇਸ਼ਨ ਮਿਲੂਗੀ ਉਹਨਾਂ ਤੁਰੰਤ ਗ੍ਰਿਫਤਾਰ ਕੀਤਾ। ਇਹਦਾ ਤਾਂ ਕੋਈ ਗੈਂਗ ਨਹੀਂ, ਘਰੇ ਇਹਨਾਂ ਨੇ ਚਲਾ ਰੱਖਿਆ ਸੀ, ਆਪਣਾ ਪਰਿਵਾਰਕ ਹੀ ਸੀ ਇਹ। ਮਤਲਬ ਮੇਨ ਤਾਂ ਇਹਨਾਂ ਦਾ ਸੀ ਕਿ ਇਸ ਜੈਂਟਸ ਨੂੰ ਬਲੈਕਮੇਲ ਕਰਨਾ, ਉਹਨੂੰ ਧਮਕੀ ਦੇਣੀ ਵੀ ਨਹੀਂ, ਤੇਰੀ ਸੋਸ਼ਲ ਮੀਡੀਆ 'ਤੇ ਅਸੀਂ ਵਾਇਰਲ ਕਰਾਂਗੇ ਤੇਰੀ ਜਿਹੜੀ ਫੋਟੋ ਆ ਉਹ ਨਿਸ਼ਵਸਤਰ ਕਰਕੇ ਉਹਦੇ ਕੱਪੜੇ ਉਤਾਰ ਕੇ ਉਹਦੀ ਫੋਟੋ ਖਿੱਚ ਲੈਣੀ। ਡਰਦਾ ਮਾਰਾ ਫਰੌਤੀ ਦੇ 10-20 ਹਜ਼ਾਰ ਦੇ ਮਾਮੂਲੀ ਗੱਲ ਉਹ ਮੰਨ ਜਾਂਦਾ ਸੀਗਾ ਅਤੇ ਇਹ ਉਸ ਢੰਗ ਨਾਲ ਪੈਸੇ ਵਡੋਕਦੇ ਸੀ। ਹਾਂਜੀ ਉਹ ਸੇਮ ਨਹੀਂ, ਉਸ ਤੋਂ ਇਲਾਵਾ ਕਿਸੇ ਨੇ ਕੰਪਲੇਂਟ ਨਹੀਂ ਕੀ, ਹਜੇ ਤੱਕ ਕੰਪਲੇਂਟ ਕੋਈ ਨਹੀਂ ਆਇਆ। ਬੰਦਾ ਸ਼ਰਮ ਦਾ ਮਾਰਾ ਕੰਪਲੇਂਟ ਨਹੀਂ ਕਰਦਾ ਇਸ ਕੰਮ ਦੀ, ਬੰਦਾ ਪੈਸੇ ਦੇ ਕੇ ਆਪਣੀ ਜਾਨ ਬਚਾਉਂਦਾ। ਪਰ ਇਹਨਾਂ ਨੇ ਪਹਿਲਾਂ ਵੀ ਪਤਾ ਲੱਗਾ ਵੀ ਇੱਦਾਂ ਦੇ ਪਹਿਲਾਂ ਵੀ ਕੰਮ ਕਰਦੇ, ਅਜੇ ਤੱਕ ਤਾਂ ਇਹਨਾਂ ਤੋਂ ਕੋਈ ਨਹੀਂ ਪੇਸ਼ ਕਰਦੇ। ਅਦਾਲਤ ਰਿਮਾਂਡ ਲਿਆ ਜਾਊਗਾ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।